ਸੜਕ ਵਿਚਾਲੇ ਹਮਲਾਵਰਾਂ ਨੇ ਕੁੱਟੇ 3 ਬਾਈਕ ਸਵਾਰ। ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। ਸੀਸੀਟੀਵੀ ਵਿੱਚ ਕੈਦ ਹੋਏ ਦਰਜਨ ਹਮਲਾਵਰ। ਤਾਂ ਦੱਸ ਦਈਏ ਕਿ ਸੜਕ ਵਿਚਾਲੇ ਦਰਜਨ ਤੋਂ ਵੀ ਵੱਧ ਹਮਲਾਵਰਾਂ ਦੇ ਵੱਲੋਂ 3 ਬਾਈਕ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਪੱਥਰਾਂ ਦੇ ਨਾਲ ਉਹਨਾਂ ਦੀ ਬਾਈਕ ਦੀ ਤੋੜ ਫੋੜ ਵੀ ਕੀਤੀ ਗਈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਬਾਈਕ 'ਤੇ ਜਾ ਰਹੇ 3 ਨੌਜਵਾਨਾਂ ਨੂੰ ਸੜਕ 'ਤੇ ਘੇਰ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਤਾਂ ਇਹਨਾਂ ਨੂੰ ਲਹੂ ਲਹਾਣ ਕਰਨ ਤੋਂ ਬਾਅਦ ਇਹ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਦਰਜਨ ਦੇ ਕਰੀਬ ਇਹ ਹਮਲਾਵਰ ਕੈਦ ਹੋਏ ਨੇ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਦ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਮੌਕੇ 'ਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਦੇ ਨਾਲ ਬਹਿਸ ਵੀ ਹੋ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੀਆਂ, ਜਿੱਥੇ ਹਮਲਾਵਰਾਂ ਦੇ ਵੱਲੋਂ 3 ਬਾਈਕ ਸਵਾਰਾਂ 'ਤੇ ਹਮਲਾ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਆਪਸੀ ਰੰਜਿਸ਼ ਸੀ ਦੋਨਾਂ ਦੇ ਵਿੱਚ, ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ। ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਪਹਿਲਾਂ ਹਮਲਾ ਕੀਤਾ ਅਤੇ ਫਿਰ ਇੱਟਾਂ ਰੋੜਿਆਂ ਦੇ ਨਾਲ ਉਹਨਾਂ ਦੀ ਬਾਈਕ ਦੀ ਵੀ ਤੋੜ ਫੋੜ ਕੀਤੀ ਹੈ। ਰਾਤ ਨੂੰ ਕਰੀਬ 11:30 ਵਜੇ ਸਿਵਲ ਹੋਸਪਿਟਲ ਦੀ ਐਮਰਜੈਂਸੀ ਵਿਖੇ ਲੜਾਈ ਦੇ ਕੁਝ ਕੇਸਿਸ ਆਏ ਹੈਗੇ ਆ, ਜਿਹਦੇ ਵਿੱਚ ਡਾਕਟਰ ਸਾਹਿਬ ਜਿਹੜੇ ਸੀਗੇ ਡਿਊਟੀ 'ਤੇ, ਉਹਨਾਂ ਨੇ 12 ਕੇਸਿਸ ਦਾ ਐਮਰਜੈਂਸੀ ਕੀਤਾ ਹੈਗਾ ਹੈ। 10 ਜਿਹੜੇ ਸੀਗੇ ਉਹ ਸੈਟਿਸਫੈਕਟਰੀ ਕੰਡੀਸ਼ਨ ਸੀਗੀ, ਉਹਨਾਂ ਦੇ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਅਤੇ 2 ਸਾਡੇ ਕੋਲ ਪੇਸ਼ੈਂਟਸ ਜਿਹੜੇ ਹੈਗੇ ਆ ਇਸ ਵੇਲੇ ਐਡਮਿਟਡ ਹੈਗੇ ਆ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਜਿਹੜੇ ਆ ਗਏ ਸੀਗੇ ਅਤੇ ਇਹਨਾਂ ਨੇ ਥੋੜ੍ਹਾ ਇਨਡਿਸਿਪਲਿਨ ਵੀ ਕ੍ਰੀਏਟ ਕੀਤਾ ਹੋਸਪਿਟਲ 'ਚ, ਅਤੇ ਜਿਹੜਾ ਸਟਾਫ ਔਨ ਡਿਊਟੀ ਸੀਗਾ ਉਹਦੇ ਨਾਲ ਵੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਡਾਕਟਰ ਔਨ ਡਿਊਟੀ ਸੀਗੇ ਉਹਨਾਂ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਪੁਲਿਸ ਦੀ ਹੈਲਪ ਲਈ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਉਸੇ ਵੇਲੇ ਆ ਗਈ ਅਤੇ ਉਹਨਾਂ ਨੇ ਜਿਹੜੀ ਹੈਗੀ ਸਿਚੁਏਸ਼ਨ ਨੂੰ ਸੰਭਾਲਿਆ। ਇਸ ਤੋਂ ਇਲਾਵਾ ਹੁਣ ਇਸ ਵੇਲੇ ਸਥਿਤੀ ਜਿਹੜੀ ਹੈਗੀ ਹੈ ਬਿਲਕੁਲ ਨੋਰਮਲ ਹੈਗੀ ਹੈ ਅਤੇ ਸਾਡੇ ਕੋਲ 2 ਪੇਸ਼ੈਂਟਸ ਜਿਹੜੇ ਹੈਗੇ ਉਹ ਐਡਮਿਟਡ ਹੈਗੇ। ਮੈਨਪਾਵਰ ਦੀ ਵੀ ਕੋਈ ਸੋਰਸਿਸ ਵਾਸਤੇ ਕੋਈ ਉਹ ਅਸੀਂ ਜਿਹੜੇ ਆਪਣੇ ਮੈਂ ਮਾਨਯੋਗ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਨਾਲ ਗੱਲ ਕਰਕੇ ਅਤੇ ਜਿਹੜੇ ਹੈਗੇ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਕਮਿਊਨੀਕੇਟ ਕਰਕੇ ਜੋ ਵੀ ਕਾਰਵਾਈ ਹੋਏਗੀ ਉਹ ਤੁਹਾਨੂੰ ਮੈਂ ਦੱਸ ਦਵਾਂ। ਸੜਕ ਵਿਚਾਲੇ ਹਮਲਾਵਰਾਂ ਨੇ ਕੁੱਟੇ 3 ਬਾਈਕ ਸਵਾਰ। ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ। ਸੀਸੀਟੀਵੀ ਵਿੱਚ ਕੈਦ ਹੋਏ ਦਰਜਨ ਹਮਲਾਵਰ। ਤਾਂ ਦੱਸ ਦਈਏ ਕਿ ਸੜਕ ਵਿਚਾਲੇ ਦਰਜਨ ਤੋਂ ਵੀ ਵੱਧ ਹਮਲਾਵਰਾਂ ਦੇ ਵੱਲੋਂ 3 ਬਾਈਕ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਪੱਥਰਾਂ ਦੇ ਨਾਲ ਉਹਨਾਂ ਦੀ ਬਾਈਕ ਦੀ ਤੋੜ ਫੋੜ ਵੀ ਕੀਤੀ ਗਈ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ, ਜਿੱਥੇ ਬਾਈਕ 'ਤੇ ਜਾ ਰਹੇ 3 ਨੌਜਵਾਨਾਂ ਨੂੰ ਸੜਕ 'ਤੇ ਘੇਰ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਤਾਂ ਇਹਨਾਂ ਨੂੰ ਲਹੂ ਲਹਾਣ ਕਰਨ ਤੋਂ ਬਾਅਦ ਇਹ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਦਰਜਨ ਦੇ ਕਰੀਬ ਇਹ ਹਮਲਾਵਰ ਕੈਦ ਹੋਏ ਨੇ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਦ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਮੌਕੇ 'ਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਦੇ ਨਾਲ ਬਹਿਸ ਵੀ ਹੋ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੀਆਂ, ਜਿੱਥੇ ਹਮਲਾਵਰਾਂ ਦੇ ਵੱਲੋਂ 3 ਬਾਈਕ ਸਵਾਰਾਂ 'ਤੇ ਹਮਲਾ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਆਪਸੀ ਰੰਜਿਸ਼ ਸੀ ਦੋਨਾਂ ਦੇ ਵਿੱਚ, ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ। ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਪਹਿਲਾਂ ਹਮਲਾ ਕੀਤਾ ਅਤੇ ਫਿਰ ਇੱਟਾਂ ਰੋੜਿਆਂ ਦੇ ਨਾਲ ਉਹਨਾਂ ਦੀ ਬਾਈਕ ਦੀ ਵੀ ਤੋੜ ਫੋੜ ਕੀਤੀ ਹੈ।
ਰਾਤ ਨੂੰ ਕਰੀਬ 11:30 ਵਜੇ ਸਿਵਲ ਹੋਸਪਿਟਲ ਦੀ ਐਮਰਜੈਂਸੀ ਵਿਖੇ ਲੜਾਈ ਦੇ ਕੁਝ ਕੇਸਿਸ ਆਏ ਹੈਗੇ ਆ, ਜਿਹਦੇ ਵਿੱਚ ਡਾਕਟਰ ਸਾਹਿਬ ਜਿਹੜੇ ਸੀਗੇ ਡਿਊਟੀ 'ਤੇ, ਉਹਨਾਂ ਨੇ 12 ਕੇਸਿਸ ਦਾ ਐਮਰਜੈਂਸੀ ਕੀਤਾ ਹੈਗਾ ਹੈ। 10 ਜਿਹੜੇ ਸੀਗੇ ਉਹ ਸੈਟਿਸਫੈਕਟਰੀ ਕੰਡੀਸ਼ਨ ਸੀਗੀ, ਉਹਨਾਂ ਦੇ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਅਤੇ 2 ਸਾਡੇ ਕੋਲ ਪੇਸ਼ੈਂਟਸ ਜਿਹੜੇ ਹੈਗੇ ਆ ਇਸ ਵੇਲੇ ਐਡਮਿਟਿਡ ਹੈਗੇ ਆ। ਇਸ ਤੋਂ ਇਲਾਵਾ ਇਹਨਾਂ ਦੇ ਨਾਲ ਬਹੁਤ ਸਾਰੇ ਬੰਦੇ ਜਿਹੜੇ ਆ ਗਏ ਸੀਗੇ ਅਤੇ ਇਹਨਾਂ ਨੇ ਥੋੜ੍ਹਾ ਇਨਡਿਸਿਪਲਿਨ ਵੀ ਕ੍ਰੀਏਟ ਕੀਤਾ ਹੋਸਪਿਟਲ 'ਚ, ਅਤੇ ਜਿਹੜਾ ਸਟਾਫ ਔਨ ਡਿਊਟੀ ਸੀਗਾ ਉਹਦੇ ਨਾਲ ਵੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਡਾਕਟਰ ਔਨ ਡਿਊਟੀ ਸੀਗੇ ਉਹਨਾਂ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਪੁਲਿਸ ਦੀ ਹੈਲਪ ਲਈ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਉਸੇ ਵੇਲੇ ਆ ਗਈ ਅਤੇ ਉਹਨਾਂ ਨੇ ਜਿਹੜੀ ਹੈਗੀ ਸਿਚੁਏਸ਼ਨ ਨੂੰ ਸੰਭਾਲਿਆ। ਇਸ ਤੋਂ ਇਲਾਵਾ ਹੁਣ ਇਸ ਵੇਲੇ ਸਥਿਤੀ ਜਿਹੜੀ ਹੈਗੀ ਹੈ ਬਿਲਕੁਲ ਨੋਰਮਲ ਹੈਗੀ ਹੈ ਅਤੇ ਸਾਡੇ ਕੋਲ 2 ਪੇਸ਼ੈਂਟਸ ਜਿਹੜੇ ਹੈਗੇ ਉਹ ਐਡਮਿਟਿਡ ਹੈਗੇ। ਮੈਨਪਾਵਰ ਦੀ ਵੀ ਕੋਈ ਸੋਰਸਿਸ ਵਾਸਤੇ ਕੋਈ ਰਿਕੁਐਸਟ? ਉਹ ਅਸੀਂ ਜਿਹੜੇ ਆਪਣੇ ਮੈਂ ਮਾਨਯੋਗ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਨਾਲ ਗੱਲ ਕਰਕੇ ਅਤੇ ਜਿਹੜੇ ਹੈਗੇ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਹੈਗੇ ਉਹਨਾਂ ਨਾਲ ਕਮਿਊਨੀਕੇਟ ਕਰਕੇ ਜੋ ਵੀ ਕਾਰਵਾਈ ਹੋਏਗੀ ਉਹ ਤੁਹਾਨੂੰ ਮੈਂ ਦੱਸ ਦੇਵਾਂਗਾ।